ਇਹਨੂੰ ਪਹਿਲਾਂ ਸੋਚਿਆ, ਉਲੀਕਿਆ ਅਤੇ ਫਿਰ ਐਗਜੀਕਿਊਟ ਕੀਤਾ। ਇਹ ਸਾਇੰਸ ਨਾਲ ਰਿਲੇਟਡ ਪ੍ਰਦਰਸ਼ਨੀ ਹੈਗੀ ਆ, ਜਿਹਦੇ ਵਿੱਚ ਹੁਣ ਇਸ ਕਮਰੇ ਦੇ ਵਿੱਚ ਅਸੀਂ ਖੜ੍ਹੇ ਹਾਂ। ਕਾਫੀ ਸਾਰੇ ਬੱਚਿਆਂ ਨੇ ਮਾਡਲ ਇੱਥੇ ਬਣਾਏ ਹੋਏ ਨੇ, ਲਿਆਂਦੇ ਹੋਏ ਨੇ। ਇਹ ਪੂਰੇ ਜ਼ਿਲ੍ਹੇ ਦੇ ਵਿੱਚ ਬਲਾਕਾਂ ਦੇ ਵਿੱਚ ਪਹਿਲਾਂ ਕੰਪੀਟੀਸ਼ਨ ਹੋਏ ਨੇ, ਫਿਰ ਜਿਹੜੇ 75 ਮਾਡਲਸ ਸਿਲੈਕਟ ਹੋਏ ਨੇ ਉਹ ਇੱਥੇ ਇਸ ਪ੍ਰਦਰਸ਼ਨੀ ਦੇ ਵਿੱਚ ਦਿਖਾਏ ਜਾ ਰਹੇ ਨੇ। ਇਸ ਪ੍ਰਦਰਸ਼ਨੀ ਦਾ ਮੰਤਵ ਇਹ ਹੈ ਕਿ ਬੱਚਿਆਂ ਦੇ ਵਿੱਚ ਸਾਇੰਟੀਫਿਕ ਟੈਂਪਰਾਮੈਂਟ, ਸਾਇੰਟੀਫਿਕ ਐਟੀਚਿਊਡ, ਸਾਇੰਸ ਪ੍ਰਤੀ ਰੁਚੀ ਜਿਹੜੀ ਆ ਉਹ ਵਧਾਈ ਜਾਵੇ, ਤਾਂ ਕਿ ਮਾਨਸਾ ਦੇ ਸਾਰੇ ਬੱਚੇ ਸਾਇੰਸ ਦੇ ਫੀਲਡਸ ਦੇ ਵਿੱਚ ਅੱਛਾ ਕੰਮ ਕਰ ਸਕਣ। ਔਰ ਇਹ ਮਾਡਲਸ ਜਿਹੜੇ ਹੈਗੇ ਨੇ, ਇਹਨਾਂ ਨੂੰ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਕਦਰ ਬੱਚਿਆਂ ਦੀ ਸੋਚ ਜਾਂ ਉਹਨਾਂ ਦੀ ਕਲਪਨਾ ਇਹਨਾਂ ਦੇ ਵਿੱਚ ਉਡਾਰੀ ਭਰਦੀ ਹੈ। ਜਿਵੇਂ ਚੰਦਰਯਾਨ ਦੇ ਉੱਤੇ ਨੇ ਪ੍ਰਦਰਸ਼ਨੀਆਂ, ਆ ਪੂਰਾ ਵਾਯੂਮੰਡਲ ਦਿਖਾਇਆ ਇਹਨਾਂ ਨੇ, ਪੂਰੀ ਸਪੇਸ ਦਿਖਾਈ ਹੈ। ਇਸੇ ਤਰੀਕੇ ਨਾਲ ਹੋਰ ਸਾਰੀਆਂ ਆਰੀਆ ਪੜਤੇ ਹੈਗੀਆਂ ਨੇ, ਉੱਪਰ ਅਜੇ ਜਾਵਾਂਗੇ ਉੱਥੇ ਹੋਰ ਬਹੁਤ ਸਾਰੀਆਂ ਨੇ। 75 ਮਾਡਲਸ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਸਾਡੇ ਬੱਚੇ ਸਾਇੰਸ ਪ੍ਰਤੀ ਕਿੰਨੇ ਸਜਗ ਹੈਗੇ ਨੇ, ਔਰ ਇਸੇ ਚੀਜ਼ ਨੂੰ ਅਸੀਂ ਅੱਗੇ ਲਿਜਾਣਾ ਚਾਹੁੰਦੇ ਹਾਂ। ਤਾਂ ਇਹ ਮਾਰਸ ਨਾਂ ਦਾ ਜਿਹੜਾ ਸਾਇੰਸ ਫੇਅਰ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਸਾਲ ਦਰ ਸਾਲ ਹੋਵੇ, ਇਹ ਸਾਡੀ ਕੋਸ਼ਿਸ਼ ਰਹੇਗੀ। ਨਹੀਂ, ਫਿਲਹਾਲ ਇਹ ਇੱਥੋਂ ਤੱਕ ਹੀ ਲਿਖਿਆ ਗਿਆ ਕਿ ਇਹ ਡਿਸਟ੍ਰਿਕਟ ਲੈਵਲ ਤੱਕ ਆਉਣਗੇ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਹੋਰ ਲੈਵਲਸ ਕੋਈ ਸਟੇਟ ਲੈਵਲ ਤੱਕ ਦਾ ਵੀ ਰੱਖਿਆ ਜਾਵੇ, ਜਿਹਦੇ ਵਿੱਚ ਸਾਡੇ ਇੱਥੋਂ ਮਾਡਲ ਸਿਲੈਕਟ ਹੋ ਕੇ ਜਾਵੇ। ਸਰ, ਇਹਨਾਂ ਨੂੰ ਬੱਚਿਆਂ ਨੂੰ ਪੁਜੀਸ਼ਨਾਂ ਵੀ ਦਿੱਤੀਆਂ ਜਾਣੀਆਂ, ਉਹਨਾਂ ਦੇ ਲਈ ਪ੍ਰਾਈਜ਼ ਵਗੈਰਾ ਵੀ? ਹਾਂਜੀ ਹਾਂ, ਇਹਨਾਂ ਦੀਆਂ ਪੁਜੀਸ਼ਨਾਂ ਕੱਢੀਆਂ ਜਾਣਗੀਆਂ। ਸਰ, ਤੁਹਾਨੂੰ ਰਸਮ ਤਾਂ ਬਹੁਤ ਹੀ ਆ, ਤੁਸੀਂ ਇੱਕ ਜ਼ਰੂਰ ਰਿਲੀਜ਼ ਕਰਦੇ ਜਾਂਦੇ ਹੋਏ ਵੀ ਤੁਹਾਡੇ ਆਉਣ ਤੋਂ ਪਹਿਲਾਂ ਅੰਗਰੇਜ਼ੀ ਦਾ ਇੰਨਾ ਬੋਲਬਾਲਾ ਸੀ ਇੱਥੇ ਵੀ ਸਟੇਜ 'ਤੇ ਵੀ ਸਾਡੇ ਜਿਹੜੇ ਬੱਚੇ ਨੇ ਪਿੰਡੂ ਦੇ ਤਾਂ ਪੰਜਾਬੀ ਦਾ ਬੋਲਬਾਲਾ ਜਾਂ ਹੋਵੇ, ਜ਼ਿਆਦਾਤਰ ਬੋਰਡ ਵੀ ਇੰਗਲਿਸ਼ 'ਚ ਛਾਪੇ ਗਏ, ਕਿਤੇ ਮਾਰੇ ਖੜਾ ਸੈਂਸ ਮਿਲੇ ਅਤੇ ਅੰਗਰੇਜ਼ੀ ਦਾ ਬੋਲਬਾਲਾ ਸੀ। ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈਗੀ ਹੈ ਕਿ ਅਸੀਂ ਮਾਲਵੇ ਦੇ ਉਸ ਖਿੱਤੇ ਦੇ ਵਿੱਚ ਹਾਂ ਜਿੱਥੇ ਵਧੀਆ ਪੰਜਾਬੀ ਬੋਲੀ ਜਾਂਦੀ ਹੈ, ਅਤੇ ਇਸੇ ਪੰਜਾਬੀ ਮਾਧਿਅਮ ਰਾਹੀਂ ਹੀ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਣਾ ਚਾਹੀਦਾ। ਸਾਡੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਇਸ ਗੱਲ ਦਾ ਧਿਆਨ ਵੀ ਰੱਖਿਆ ਜਾਂਦਾ, ਬਟ ਫਿਰ ਵੀ ਕਿਤੇ ਨਾ ਕਿਤੇ ਐਸਾ ਹੋ ਜਾਂਦਾ, ਖਾਸ ਕਰਕੇ ਸਾਇੰਸ ਵਰਗੇ ਵਿਸ਼ੇ ਦੇ ਵਿੱਚ ਕਈ ਵਾਰੀ ਇੰਗਲਿਸ਼ ਨੂੰ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜੇ ਕਿਤੇ ਕਮੀ ਲੱਗਦੀ ਹੈ ਇਹਨੂੰ ਦੂਰ ਕਰਾਂਗੇ। ਸਾਡੇ ਸਾਹਮਣੇ ਬੱਚੇ ਬੈਠੇ ਆ, ਸਟੇਜ ਸੈਕਟਰੀ ਜਿੰਨਾ ਕੁ ਮੈਂ ਦੇਖਿਆ, ਜਿੰਨਾ ਟਾਈਮ ਉਹ ਤਿੰਨੋਂ ਭਾਸ਼ਾਵਾਂ ਦੇ ਵਿੱਚ ਬੋਲ ਰਹੇ ਸੀ, ਔਰ ਅਸੀਂ ਮਤਲਬ ਪੰਜਾਬੀ ਵੀ ਵਧੀਆ ਸਿੱਖੀਏ, ਉਹਦੇ ਨਾਲ ਨਾਲ ਇੰਗਲਿਸ਼ ਵੀ ਵਧੀਆ ਸਿੱਖੀਏ। ਸਾਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ, ਕਿਉਂਕਿ ਹਰ ਭਾਸ਼ਾ ਗਿਆਨ ਦਾ ਸਮੁੰਦਰ ਹੈਗੀ ਹੈ ਇੱਕ ਹਿਸਾਬ ਨਾਲ। ਜੇ ਅਸੀਂ ਉਹਦੇ ਬਾਰੇ ਨਹੀਂ ਜਾਣਾਂਗੇ ਤਾਂ ਉੱਥੋਂ ਅਸੀਂ ਉਹ ਗਿਆਨ ਦੀਆਂ ਚੀਜ਼ਾਂ ਲੈ ਕੇ ਨਹੀਂ ਆ ਸਕਦੇ। ਤੁਹਾਡੀ ਗੱਲ ਦਰੁਸਤ ਹੈ, ਇਸ ਗੱਲ ਦਾ ਧਿਆਨ ਰੱਖਿਆ। ਸਰ, ਇੱਕ ਪ੍ਰਾਇਓਰਟੀ ਤਾਂ ਪੰਜਾਬੀ ਦੀ ਹੋਣੀ ਚਾਹੀਦੀ, ਪ੍ਰਾਈਵੇਟ ਸਕੂਲ ਦੇ ਵਿੱਚ ਕਿਉਂ ਲੇਕੀ ਗਈ, ਕੋਈ ਸਰਕਾਰੀ ਸਕੂਲ ਦੇ ਵਿੱਚ ਜਗ੍ਹਾ ਨਹੀਂ? ਸਰਕਾਰੀ ਸਕੂਲ ਜਿਹੜੇ ਸ਼ਹਿਰ ਦੇ ਵਿੱਚ ਨੇ, ਕਿਉਂਕਿ ਸ਼ਹਿਰ ਦੇ ਵਿੱਚ ਹੀ ਰੱਖਣਾ ਪੈਣਾ ਸੀ ਆਪਾਂ ਨੂੰ ਮਾਨਸੇ ਦੇ ਵਿੱਚ, ਕਿਉਂਕਿ ਮਾਨਸਾ ਹੀ ਸੈਂਟਰ ਆ ਪੂਰੇ ਜ਼ਿਲ੍ਹੇ ਲਈ, ਤਾਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਸੀ। ਜਿਵੇਂ ਆਪਣਾ ਸਕੂਲ ਆਫ ਐਮੀਨੈਂਸ ਅੱਜ ਸੁਬਹਾ ਸੁਬਹਾ ਮੈਂ PTM 'ਤੇ ਉੱਥੇ ਜਾ ਕੇ ਆਉਂ ਤਾਂ ਬਹੁਤ ਹੀ ਤੰਗ ਏਰੀਏ ਦੇ ਵਿੱਚ ਆ, ਉੱਥੇ ਟ੍ਰੈਫਿਕ ਦੀ ਸਮੱਸਿਆ ਹੋ ਜਾਣੀ ਸੀ। ਇੱਕ ਤੁਹਾਨੂੰ ਪਤਾ ਹੁਣ ਸੀਜ਼ਨ ਦਾ ਟਾਈਮ ਚੱਲਦਾ, ਤਿਉਹਾਰਾਂ ਦਾ ਟਾਈਮ ਹੈਗਾ, ਤਾਂ ਇਸ ਟਾਈਮ 'ਤੇ ਆਵਾਜਾਈ ਸ਼ਹਿਰ ਦੇ ਵਿੱਚ ਵੈਸੇ ਬਹੁਤ ਜ਼ਿਆਦਾ ਹੁੰਦੀ ਹੈ। ਜੇ ਆਪਾਂ 40-50 ਬੱਸਾਂ ਉੱਥੇ ਵੜ ਦਿੰਦੇ ਤਾਂ ਸਾਰਾ ਸ਼ਹਿਰ ਇੱਕ ਹਿਸਾਬ ਨਾਲ ਆਪਾਂ ਜਾਮ ਕਰ ਲੈਂਦੇ। ਉਸੇ ਗੱਲ ਦੇ ਮੱਦੇਨਜ਼ਰ ਇੱਥੇ ਰੱਖਿਆ ਗਿਆ, ਕਿਉਂਕਿ ਇਹ ਖੁੱਲ੍ਹਾ ਸਕੂਲ ਹੈ, ਬਾਹਰ ਬਾਹਰ ਹੈ, ਔਰ ਇਹ ਵੀ ਆਪਣਾ ਹੀ ਸਕੂਲ ਹੈ, ਇੱਥੇ ਵੀ ਆਪਣੇ ਹੀ ਬੱਚੇ ਪੜ੍ਹਦੇ ਨੇ। ਜੇ ਇੱਥੇ ਕਿਸੇ ਗੱਲ ਦਾ ਲਾਭ ਹੋਊਗਾ ਤਾਂ ਉਹ ਵੀ ਆਪਣੇ ਬੱਚਿਆਂ ਨੂੰ ਹੋਊਗਾ, ਉਹ ਵੀ ਮਾਨਸਾ ਦੇ ਬੱਚਿਆਂ ਨੂੰ। ਸਰਕਾਰੀ ਟੀਚਰ ਸੀ ਜਿਹੜੇ ਕੁਛ ਗਰੋਹ ਨਹੀਂ, ਦੇਖੋ ਇਹ ਹੋ ਸਕਦਾ ਕਿ ਹਰੇਕ ਦੀ ਸੋਚ ਅਲੱਗ ਅਲੱਗ ਹੋਵੇ, ਉਹਨਾਂ ਨੂੰ ਲੱਗਦਾ ਹੋਵੇ ਕਿ ਨਹੀਂ ਇੱਥੇ ਨਹੀਂ ਉੱਥੇ ਰੱਖਣਾ ਚਾਹੀਦਾ ਸੀਗਾ, ਪਰ ਉੱਥੇ ਜੇ ਆਪਾਂ ਸਾਰੇ ਸ਼ਹਿਰ ਨੂੰ ਜਾਮ ਕਰ ਲੈਂਦੇ ਤਾਂ ਤੁਸੀਂ ਸਾਰੇ ਪੱਤਰਕਾਰਾਂ ਨੇ ਮੇਰੇ ਕੋਲ ਆਉਣਾ ਸੀਗਾ ਵੀ ਆਹ ਸ਼ਹਿਰ ਜਾਮ ਕਰਾ ਕੇ ਰੱਖਤਾ, ਤੁਸੀਂ ਕਿਤੇ ਬਾਹਰ ਜਗ੍ਹਾ 'ਤੇ ਰੱਖ ਲੈਂਦੇ, ਖੁੱਲ੍ਹੀ ਜਗ੍ਹਾ 'ਤੇ ਰੱਖ ਲੈਂਦੇ, ਕਿਸੇ ਪ੍ਰਾਈਵੇਟ ਸਕੂਲ 'ਚ ਰੱਖ ਲੈਂਦੇ, ਇਹ ਤੁਹਾਡੇ ਹੀ ਬਿਆਨ ਹੋਣੇ ਸੀ ਬਾਅਦ ਦੇ ਵਿੱਚ। ਨਹੀਂ ਸਰ, ਇੱਕ ਇਹ ਧਾਰਨਾ ਪਾਈ ਜਾਂਦੀ, ਇੱਕ ਸਾਸ ਦੀ ਨੇ, ਇੱਕ ਏਜੰਡੇ ਦੀ ਨੇ ਸਕੂਲ ਨੂੰ ਉਭਾਰਿਆ ਜਾ ਰਿਹਾ। ਨਹੀਂ, ਇਹ ਗੱਲਾਂ ਇੱਥੇ ਕਰਨ ਵਾਲੀਆਂ ਨਹੀਂ ਹੈਗੀਆਂ। ਮੈਂ ਜਿਵੇਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਇਹ ਸਾਲਾਨਾ ਮੇਲਾ ਹੋਵੇ, ਅਗਲੇ ਸਾਲ ਵੀ ਲੱਗੇ, ਉਸ ਤੋਂ ਹਮੇਸ਼ਾ ਲਈ ਲੱਗੇ, ਫਿਰ ਹਰ ਸਾਲ ਲੱਗਿਆ ਕਰੇ। ਤਾਂ ਅਗਲੇ ਵਾਰੀ ਆਪਾਂ ਕਿਸੇ ਹੋਰ ਸਕੂਲ 'ਚ ਲੈ ਜਾਵਾਂਗੇ, ਉਦੋਂ ਅਗਲੇ ਵਾਰੀ ਕਿਸੇ ਹੋਰ ਸਕੂਲ 'ਚ ਲੈ ਜਾਵਾਂਗੇ। ਆਪਣੀ ਕੋਸ਼ਿਸ਼ ਤਾਂ ਇਹ ਹੋਊਗੀ ਕਿ ਹਰੇਕ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਮੇਲਾ ਲੱਗੇ, ਪਰ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਹੈ ਨਾ। ਹੁਣ 1992 ਦਾ ਜਿਹੜਾ